ਜੀ, ਬੜਾ ਸੈਂਸੇਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਸ਼ਿਆਰਪੁਰ ਦਸਵਾ ਰੋਡ 'ਤੇ ਹੋਇਆ ਸੀਗਾ, ਜਿਹਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਅਤੇ ਤੀਨ ਅਣਪਛਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਸਾਰਪੈਜ ਵੈਪਨ ਦੇ ਨਾਲ, ਜਿਹਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ ਹੋਣ ਕਰਕੇ ਸਾਰਪੈਜ ਵੈਪਨ ਨਾਲ ਅਤੇ ਉਹਦੀ ਹੋਸਪਿਟਲ ਜਾਂਦੇ ਹੋਏ ਡੈਥ ਹੋ ਗਈ ਸੀਗੀ। ਅਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਤਵਿੰਦਰ ਸਿੰਘ, ਅਤੇ ਉਹਨੂੰ ਵੀ ਕਾਫੀ ਇੰਜਰੀਜ ਹੋਈ ਅਤੇ ਬਾਅਦ 'ਚ ਆਫਟਰ ਟ੍ਰੀਟਮੈਂਟ ਹੀ ਇਜ਼ ਐਜ ਆਫ ਨਾਓ ਆਊਟ ਆਫ ਡੇਂਜਰ। ਅਤੇ ਬਲਾਇੰਡ ਕੇਸ ਸੀਗਾ ਜਿਹੜਾ ਹੈਗਾ ਇਨੀਸ਼ੀਅਲੀ, ਇਹਦੇ ਵਿੱਚ 302 ਅਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ, ਅਤੇ BNS ਦੇ ਹਿਸਾਬ ਨਾਲ 103, 109 ਅਤੇ 3 ਧਾਰਾ ਦਾ BNS ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਅਤੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕਅਪ ਕੀਤੀ ਗਈ। ਕ੍ਰਾਈਮ ਦੇ ਸੈਂਸੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਹੈਗਾ DSP ਦਸੂਆ, DSP ਡੀ ਦੀ ਨਿਗਰਾਨੀ ਹੇਠ ਟੀਮਾਂ ਵੱਖਰੀ ਵੱਖਰੀ ਗਠਿਤ ਕੀਤੀ ਗਈ, ਜਿਹਦੇ ਵਿੱਚ CIA ਇੰਚਾਰਜ ਦੀ ਟੀਮ, SHO ਦੀ ਟੀਮ ਅਤੇ ਸਬ ਡਿਵੀਜ਼ਨ ਦੇ ਦੂਸਰੇ ਆਫਿਸਰਸ ਦੀ ਟੀਮ, ਅਤੇ ਇਹਨੂੰ ਪੂਰੇ ਓਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ SPD ਸਰਬਜੀਤ ਵਾਹੀਆ ਜੀ ਨੇ। ਅਤੇ ਐਟ ਦੀ ਸੇਮ ਟਾਈਮ ਕਲੋਜ਼ਲੀ ਮੈਂ ਮੋਨੀਟਰ ਕਰਦਾ ਰਿਹਾ ਹੈਗਾ। ਵਿਦਇਨ 48 ਆਰ ਇਸ ਬਲਾਇੰਡ ਕੇਸ ਨੂੰ ਜਿਹੜਾ ਹੈਗਾ ਅਸੀਂ ਟਰੇਸ ਕੀਤਾ, ਅਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਈਡੈਂਟੀਫਾਈ ਕੀਤੇ ਪਹਿਲਾਂ ਟੈਕਨੀਕਲ ਸਰਵੇਲੈਂਸ ਦੇ ਨਾਲ, ਅਤੇ ਨਾਲ ਨਾਲ ਜਿਹੜਾ ਹੈਗਾ ਉਹ ਅਲੱਗ ਅਲੱਗ ਆਪਣੇ ਖੁਫੀਆ ਸੋਰਸਾਂ ਦੇ ਰਾਹੀਂ, ਅਤੇ ਉਸ ਤੋਂ ਬਾਅਦ 48 ਆਰ 'ਚ ਹੀ ਜਿਹੜੇ ਹੈਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ, ਜਿਨ੍ਹਾਂ ਦਾ ਨਾਮ ਅਮਨਦੀਪ ਅਲੀਅਸ ਅਮਨ ਅਲੀਅਸ ਫੌਜੀ ਹੈਗਾ, ਦੂਸਰੇ ਦਾ ਨਾਮ ਜਸਵਿੰਦਰ ਸਿੰਘ ਉਰਫ ਮੋਨੂ, ਅਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ। ਜੀ, ਆਹ ਤਿੰਨੋਂ ਦੋਸ਼ੀ ਜਿਹੜੇ ਅਸੀਂ ਫੜੇ ਹੈਗੇ, ਇਹਨਾਂ ਤੋਂ ਪ੍ਰਿਲਿਮਰੀ ਜਿਹੜੀ ਪੁੱਛਤਾਛ ਜਿਹੜੀ ਚੀਜ਼ ਸਾਹਮਣੇ ਆਈ ਹੈਗੀ, ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ, ਅਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ 'ਤੇ ਹੋਤੇ ਹੋਏ ਦੁਬਈ ਹੁੰਦੇ ਹੋਏ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਢ ਮਹੀਨਾ ਪਹਿਲਾਂ, ਅਤੇ ਇਹਦੀ ਦੋਸਤੀ ਹੈਗੀ ਪਿੰਦਰ ਦੇ ਨਾਲ, ਅਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁਦਈ ਮੁਕੱਦਮਾ ਹੈਗਾ ਸਤਵਿੰਦਰੂ ਦੇ ਨਾਲ ਕਿਸੀ ਲੇਡੀ ਦੇ ਮੈਟਰ 'ਤੇ ਸੀਗਾ, ਅਤੇ ਉਸ ਮੈਟਰ 'ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨੀਸ਼ ਕੁਮਾਰ ਨੇ ਅਤੇ ਪਿੰਦਰ ਨੇ ਆਪਸ 'ਚ ਸਾਜਿਸ਼ ਕਰਕੇ ਅਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਨਹੀਂ, ਸੁਪਾਰੀ ਦੇਣ ਦਾ ਕੋਈ ਇਸ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ। ਆ ਇੱਕ ਕੰਸਪਾਇਰਡ ਤਰੀਕੇ ਦਾ ਮਰਡਰ ਹੈਗਾ, ਬਟ ਸੁਪਾਰੀ ਕਿਲਿੰਗ ਦਾ ਕੋਈ ਇਸ 'ਚ ਕੋਈ ਚੀਜ਼ ਸਾਹਮਣੇ ਨਹੀਂ ਆਈ। ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ, ਸ਼ਾਰਪ ਐਜ ਵੈਪਨ ਇਸ 'ਚ ਯੂਜ਼ ਕੀਤੇ ਗਏ ਹੈ, ਦਾ ਅਤੇ ਖੰਡਾ ਟਾਈਪ ਜਿਹੜੇ ਹੈਗੇ ਦੋ ਚੀਜ਼ ਇਹ 'ਚ ਰਿਕਵਰ ਅਸੀਂ ਕੀਤੀ ਹੈਗੀ, ਨਾਲ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਵੀ ਅਸੀਂ ਯੂਜ਼ ਕੀਤਾ ਹੈਗਾ। ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ 'ਚ ਕੋਈ ਰੋਲ ਐਜ ਆਫ ਨਾਓ ਕੋਈ ਸਾਹਮਣੇ ਨਹੀਂ ਆਇਆ ਹੈਗਾ, ਅਸੀਂ ਇਨ ਡੈਫਥ ਜਿਹੜਾ, ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦਈ ਮੁਕੱਦਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਅਤੇ ਪਿੰਦਰ ਦੇ ਡਿਸਪਿਊਟ ਦਾ ਰੀਜਨ ਹੈਗਾ, ਅਤੇ ਹੁਣ ਉਹਨੂੰ ਇਨ ਡੈਫਥ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਵੀ ਆਹ ਇੱਕ ਪ੍ਰਾਈਮਾ ਫਸਾਈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ, ਇਸ 'ਚ ਮੇ ਬੀ ਹੋਰ ਵੀ ਕੋਈ ਡਾਇਮੈਂਸ਼ਨਸ ਹੋ ਸਕਦੀ ਹੈਗੀ, ਅਤੇ ਹਾਲੇ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹੈਗਾ। ਕੱਲ੍ਹ ਹੀ ਬੰਦੇ ਫੜੇ ਗਏ ਹੈਗੇ, ਅਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ, ਕੋਰਟ 'ਚ ਪ੍ਰੋਡਿਊਸ ਕੀਤਾ ਜਾਏਗਾ, ਰਿਮਾਂਡ ਲਿੱਤਾ ਜਾਏਗਾ, ਅਤੇ ਉਸ ਤੋਂ ਬਾਅਦ ਹੋਰ ਸਾਰੀ ਚੀਜ਼ਾਂ। ਸਰ, 48 ਘੰਟੇ ਮੁਕੱਦਮਾ ਸੌਲਵ ਕਰ ਲਿਆ, ਮੁਜਰਮ ਜਿਹੜੇ ਆ ਉਹ ਫੜ ਲਏ, ਹੁਣ ਪਿੰਦਰ ਲਈ ਸਰ? ਦੇਖੋ, ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ, ਜਿਹੜਾ ਸਾਡਾ ਸਟੈਪ ਬਾਏ ਸਟੈਪ ਇਨਵੈਸਟੀਗੇਸ਼ਨ ਹੈਗੀ, ਡੈਫੀਨੇਟਲੀ ਇਹਨੂੰ ਨਾਮਜ਼ਦ ਕੀਤਾ ਜਾਏਗਾ। ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ
ਪਾਰਟ ਆਫ ਇਨਵੈਸਟੀਗੇਸ਼ਨ ਦੱਸ ਸਕਦੇ, ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਅਤੇ ਨਾਲ ਉਹਨੂੰ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲਿਆ ਕੇ ਸਜ਼ਾ ਦਿਲਾਈ ਜਾ ਸਕੇ। ਦੇਖੋ ਜਿਸ ਤਰੀਕੇ ਦੇ ਸ਼ਾਰਪ ਐਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆਹ ਗੱਲ ਤੋਂ ਸਾਫ਼ ਸੀਗੀ ਕਿ ਇਹਨਾਂ ਦਾ ਜਿਹੜਾ ਸੀਗਾ ਮੋਟਿਵ ਸੀਗਾ ਉਹ ਕੋਈ ਨੋਰਮਲ ਲੜਾਈ ਝਗੜਾ ਨਹੀਂ ਸੀਗਾ, ਮਤਲਬ ਹਮਲਾ ਇਹਨਾਂ ਨੇ ਕਾਤਲਾਨਾ ਕਰਨਾ ਸੀਗਾ ਅਤੇ ਜਾਨ ਜਾਣਾ ਉਹ ਨਹੀਂ ਜਾਣਾ ਕੋਈ ਡਿਸਕ੍ਰਿਪਸ਼ਨ ਨਹੀਂ ਹੋ ਸਕਦਾ। ਬਟ ਹਾਂ ਆਹ ਚੀਜ਼ ਸਾਹਮਣੇ ਆਈ ਹੈਗੀ ਕਿ ਇਹਨਾਂ ਦਾ ਮੋਟਿਵ ਸੀਗਾ ਜਿਹੜਾ ਸਤਵਿੰਦਰ ਸਿੰਘ ਸੀਗਾ ਉਹਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾਉਣਾ, ਜਿਹੜਾ ਸਾਹਮਣੇ ਵਾਲਾ ਰਾਈਡਰ ਹੈਗਾ ਬਿਕੋਜ਼ ਆਫ ਬੀਇੰਗ ਇਨ ਫਰੰਟ ਉਹਦੀ ਉਹਦਾ ਨੁਕਸਾਨ ਹੋਇਆ ਹੈਗਾ ਅਤੇ ਔਰ ਬਾਕੀ ਫਰਦਰ ਇਨਵੈਸਟੀਗੇਸ਼ਨ। ਹਾਂਜੀ ਹਾਂਜੀ, ਜਿਹੜਾ ਇੱਕ ਅਮਨਦੀਪ ਅਲੀਆਸ ਫੌਜੀ ਹੈਗਾ ਉਹਦੇ 'ਤੇ ਦੋ ਐੱਫ ਆਈ ਆਰ ਪਹਿਲਾਂ ਤੋਂ ਦਰਜ ਹੈਗੇ, 336 ਅਤੇ ਇੱਕ ਪੁਲਿਸ ਸਟੇਸ਼ਨ ਗੜਦੀਵਾਲ 'ਚ, ਇੱਕ ਪੁਲਿਸ ਸਟੇਸ਼ਨ ਦਸਵਾ 'ਚ। ਅਮਨਦੀਪ ਜਿਹੜਾ ਹੈਗਾ ਆਹ ਰੈਜੀਡੈਂਟ ਹੈਗਾ ਆਪਣਾ ਲੋਕਲ ਡਫਰ ਪਿੰਡ ਦਾ ਹੈਗਾ ਜੀ। ਹਥਿਆਰ ਦੋ ਸ਼ਾਰਪ ਐਜ ਵੈਪਨ ਬਰਾਮਦ ਕੀਤੇ ਗਏ ਹੈਗੇ ਦੋਨੋਂ ਦਾਤ ਖੰਡ। ਇੱਕ ਤੋਂ ਰਿਟਾਇਰਡ ਫੌਜੀ ਹੈਗਾ, ਨਹੀਂ ਸਰਵਿੰਗ ਫੌਜੀ ਹੈਗਾ ਜਿਹੜਾ ਅਮਨਦੀਪ ਹੈਗਾ, ਅਤੇ ਇਸ ਤੋਂ ਇਲਾਵਾ ਦੋ ਆ ਇੱਕ ਜਿਹੜਾ ਕਨਿਸ਼ ਕੁਮਾਰ ਹੈਗਾ ਬਾਹਰ ਗਿਆ ਵਾ ਸੀਗਾ ਆਰਮੇਨੀਆ ਔਰ ਦੁਬਈ ਅਤੇ ਹੁਣ ਰੀਸੈਂਟਲੀ ਲੁੱਟਿਆ ਹੈਗਾ, ਅਤੇ ਤੀਸਰਾ ਬੰਦਾ ਜਿਹੜਾ ਹੈਗਾ ਉਹ ਦਿਹਾੜੀ ਵਾਲਾ ਹੈਗਾ। ਸਰ ਜਿਹੜਾ ਜਿਹੜੀ ਲੜਕੀ ਦੀ ਭੂਮਿਕਾ ਆ ਰਹੀ ਹੈ, ਸਰ ਜਿਹੜੀ ਲੜਕੀ ਦੀ ਭੂਮਿਕਾ ਆ ਰਹੀ ਆ ਉਹ ਲਵ ਟ੍ਰਾਇਐਂਗਲ ਹੈ ਜਾਂ ਵੈਸੇ ਹੀ ਕੋਰਿਲੇਟਰ ਦੇ ਵਿੱਚ? ਦੇਖੋ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਤੇ ਬਟ ਪ੍ਰਾਈਮ ਆਫ ਸੇ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆ ਹੈਗੀ ਕਿ ਵੀ ਇਹਨਾਂ ਦਾ ਡਿਸਪਿਊਟ ਕਿਸੇ ਜਿਹੜਾ ਦੋਸ਼ੀ ਫੜੇ ਗਏ ਹੈਗੇ ਉਹਨਾਂ ਤੋਂ ਚੀਜ਼ ਸਾਹਮਣੇ ਆਈ ਹੈਗੀ ਕਿ ਕੋਈ ਲੜਕੀ ਨੂੰ ਲੈ ਕੇ ਡਿਸਪਿਊਟ ਸੀਗਾ, ਹੁਣ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਤੋਂ ਹੀ ਅਸੀਂ ਦੱਸਾਂਗੇ। ਜਿੱਦਾਂ ਤੁਸੀਂ ਦੱਸਿਆ ਵੀ ਅਮਨਦੀਪ ਫੌਜ ਦੇ ਵਿੱਚ ਤਾਂ ਕੀ ਛੁੱਟੀ ਵਗੈਰਾ ਤੇ ਹੈ? ਹਾਂਜੀ ਹਾਂਜੀ।